ਅੱਜ ਅਸੀਂ ਇਹ ਇਸ ਵਾਰੀ ਬਾਬੇ ਗੁਰੂ ਨਾਨਕ ਜੀ ਦੇ ਉੱਤੇ ਗੱਲ ਕਰਾਂਗੇ, ਕਿਉਂਕਿ ਜੇ ਅਸੀਂ ਕਲਾਸੀਕਲ ਪੋਇਟਸ ਪੰਜਾਬੀ ਦੇ ਕਰ ਰਹੇ ਹਾਂ ਔਰ ਉਹਨਾਂ ਦੀ ਟੈਕਸਟ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਬਾਬੇ ਨਾਨਕ ਜੀ ਦੇ ਉੱਤੇ ਗੱਲ ਕਰਨ ਨਾ ਕਰਨਾ ਜਿਹੜਾ ਹੈ ਉਹ ਅਜੀਬ ਜਿਹਾ ਲੱਗਦਾ ਹੈ, ਕਿਉਂਕਿ ਬਾਬਾ ਫਰੀਦ ਤੋਂ ਬਾਅਦ ਜਿਹੜੇ ਵੱਡੇ ਸ਼ਾਇਰ ਨੇ ਪੰਜਾਬੀ ਕਲਾਸਿਕ ਦੇ ਉਹ ਬਾਬਾ ਗੁਰੂ ਨਾਨਕ ਨੇ ਔਰ ਦੂਜੇ ਗੁਰੂ ਵੀ ਨੇ, ਲੇਕਿਨ ਅਸੀਂ ਬਾਬੇ ਨਾਨਕ ਜੀ ਤੱਕ ਹੀ ਉਹਦੀ ਗੱਲ ਕਰਾਂਗੇ। ਵੈਸੇ ਤਾਂ ਬਾਬਾ ਗੁਰੂ ਨਾਨਕ ਜੀ ਦੇ ਉੱਤੇ ਸਾਡੀ ਅਸੀਂ ਪਹਿਲੇ ਇੱਕ ਪ੍ਰੋਗਰਾਮ ਕੀਤਾ ਸੀ ਜਿਹੜਾ ਕਿ ਯੂਟਿਊਬ ਦੇ ਉੱਤੇ ਵਿਚਾਰ ਵੈਬਕਾਸਟ 'ਤੇ ਜਾਓ ਅਤੇ ਤੁਹਾਨੂੰ ਮਿਲ ਸਕਦਾ। ਉਹਦੇ 'ਚ ਗੁਰੂ ਜੀ ਦੇ ਸਾਰੇ ਫਲਸਫੇ ਔਰ ਉਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਗੱਲਬਾਤ ਕੀਤੀ ਸੀ। ਅੱਜ ਅਸੀਂ ਜਿਹੜੀ ਕਰਾਂਗੇ, ਅੱਜ ਅਸੀਂ ਉਹਨਾਂ ਦੀ ਬਹੁਤ ਹੀ ਛੋਟਾ ਜਿਹਾ ਨਜ਼ਰਾਨਾ ਸਮਝੋ ਪੇਸ਼ ਕਰ ਰਹੇ ਹਾਂ, ਕਿਉਂਕਿ ਬਾਬੇ ਗੁਰੂ ਨਾਨਕ ਜੀ ਦੇ ਉੱਤੇ ਬੜੇ ਬੜੇ ਸਕਾਲਰਸ ਨੇ ਜਿਨ੍ਹਾਂ ਨੇ ਸਾਰੀ ਉਮਰ ਲਾਈ ਹੈ ਅਤੇ ਸਾਨੂੰ ਕੋਈ ਬਹੁਤ ਜ਼ਿਆਦਾ ਪਤਾ ਨਹੀਂ ਹੈਗਾ। ਇਸ ਵਾਸਤੇ ਅਸੀਂ ਬਹੁਤ ਥੋੜ੍ਹੀ ਜਿਹੀ ਟੈਕਸਟ ਉਹਨਾਂ ਦੀ ਜਿਹੜੀ ਆ ਉਹ ਦਿਆਂਗੇ। ਅਤੇ ਚੂੰਕਿ ਇਸ ਪ੍ਰੋਗਰਾਮ ਦੇ ਵੇਖਣ ਵਾਲੇ ਜਿਹੜੇ ਨੇ ਉਹ ਬਹੁਤੇ ਐਸੇ ਵੀ ਹੋਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਜਾਂ ਉਹ ਮਜ਼ਹਬੀ ਤੌਰ ਦੇ ਉੱਤੇ ਉਸ ਮਜ਼ਹਬ ਨਾਲ ਤਲਕ ਨਹੀਂ ਰੱਖਦੇ। ਇਸ ਵਾਸਤੇ ਅਸੀਂ ਸਭ ਤੋਂ ਪਹਿਲੇ ਸ਼ੁਰੂ ਕਰਾਂਗੇ ਬਾਬਰ ਬਾਣੀ ਤੋਂ। ਬਾਬਰ ਬਾਣੀ ਜਿਹੜੀ ਹੈ ਉਹ ਜਦੋਂ ਬਾਬਰ ਨੇ, ਸ਼ਹਿਨਸ਼ਾਹ ਬਾਬਰ ਨੇ ਹਮਲਾ ਕੀਤਾ ਸੀ ਹਿੰਦੁਸਤਾਨ 'ਤੇ, ਅਤੇ ਉਹਨੇ ਜੋ ਕੀਤਾ ਔਰ ਜੋ ਲੋਕਾਂ ਨਾਲ ਹੋਇਆ ਉਹ ਦੀ ਕੋਈ ਕਿਤੇ ਰਿਕਾਰਡ ਨਹੀਂ ਹੈਗਾ। ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਜਿਵੇਂ ਕਿ ਜਿਹੜਾ ਬਾਬਰ ਸੀ ਉਹਨੇ ਹਿੰਦੁਸਤਾਨ ਦੇ ਗੈਰ ਮੁਸਲਮਾਨ ਦੇ ਉੱਤੇ ਫਤਿਹ ਪਾਈ ਔਰ ਗੈਰ ਮੁਸਲਮਾਨ ਦੇ ਨਾਲ ਜੰਗ ਲੜੀ, ਪਰ ਹਕੀਕਤ ਇਹ ਹੈ ਕਿ ਉਸ ਵੇਲੇ ਜਿਹੜੇ ਦਿੱਲੀ 'ਚ ਹਾਕਮ ਸਨ ਉਹ ਇਬਰਾਹਿਮ ਲੋਧੀ ਸੀ, ਉਹ ਵੀ ਮੁਸਲਮਾਨ ਸੀ, ਅਤੇ ਮੁਸਲਮਾਨਾਂ ਨੂੰ ਹੀ ਸ਼ਿਕਸਤ ਦੇ ਕੇ ਬਾਬਰ ਜਿਹੜਾ ਉਹ ਬਾਦਸ਼ਾਹ ਬਣਿਆ ਸੀ। ਅਤੇ ਉਸ ਲੜਾਈ ਦੇ ਵਿੱਚ ਜੋ ਹੋਇਆ ਔਰ ਜੋ ਕੁਝ ਕੀਤਾ ਗਿਆ ਉਹਦੇ ਬਾਰੇ 'ਚ ਬਾਬਾ ਗੁਰੂ ਨਾਨਕ ਜੀ ਦੀ ਜਿਹੜਾ ਅਕਾਊਂਟ ਹੈ ਉਹਦੇ ਨਾਲੋਂ ਬਿਹਤਰ ਅਕਾਊਂਟ ਕਿਤੇ ਨਹੀਂ ਮਿਲਦਾ। ਸੋ ਮੈਂ ਉਹ ਪਹਿਲੇ ਪੜ੍ਹ ਦਿੰਦਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਹੇ ਚੁੱਪ ਖਲੋਤੇ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜ਼ੀਆਂ ਬਾਹਮਣਾਂ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜੇ ਕਿਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲੈਲੋ, ਜਾ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ, ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕੇ ਕੁੰਗੂ ਪਾਏ ਵੇ ਲਾਲੋ। ਇਹ 'ਚ ਲਾਲੋ ਜਿਹੜਾ ਹੈ ਉਹਦੇ ਬਾਰੇ 'ਚ ਲਿਖਿਆ ਗਿਆ ਹੈ ਕਿ ਲਾਲੋ ਜਿਹਨੂੰ ਮੁਖਾਤਬ ਕੀਤਾ ਗਿਆ ਹੈ ਉਹ ਇੱਕ ਸੈਦਾਬਾਦ ਸੀ, ਜਿੱਥੋਂ ਦਾ ਉਹਦੀ ਪੇਸ਼ੇ ਦੇ ਲਿਹਾਜ਼ ਨਾਲ ਤਰਖਾਣ ਸਨ, ਅਤੇ ਅੱਜ ਕੱਲ੍ਹ ਉਹਨੂੰ ਐਮਨਾਬਾਦ ਕਿਹਾ ਜਾਂਦਾ ਸੈਦਾਬਾਦ ਨੂੰ, ਅਤੇ ਉੱਥੋਂ ਉਹ ਰਹਿੰਦੇ ਸੀ। ਉਹਦੇ ਕੋਲ ਜਾ ਕੇ ਬਾਬਾ ਜੀ ਠਹਿਰੇ ਜਦੋਂ ਇਹ ਹਮਲੇ ਹੋ ਰਹੇ ਸਨ, ਅਤੇ ਉਹ ਉਹਨਾਂ ਨੂੰ ਐਡਰੈਸ ਕਰਕੇ ਇਹ ਜਿਹੜੀ ਹੈ ਬਾਬਰ ਬਾਣੀ ਲਿਖੀ ਗਈ ਹੈ। ਪਹਿਲਾ ਮਿਸਰਾ ਹੈਗਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੀ ਲਾ ਲਓ, ਯਾਨੀ ਜਿਵੇਂ ਵੀ ਮੈਨੂੰ ਮਾਲਕ ਦੀ, ਖਸਮ ਦਾ ਮਤਲਬ ਮਾਲਕ ਹੈ, ਜਿਵੇਂ ਮੈਨੂੰ ਮਾਲਕ ਦੀ ਬਾਣੀ, ਉਹਦੀ ਜ਼ਬਾਨ, ਉਹਦਾ ਕਲਾਮ ਜਿਵੇਂ ਮੈਨੂੰ ਆਉਂਦਾ ਹੈ ਜਾਂ ਜਿਵੇਂ ਮੈਨੂੰ ਸਮਝ ਆਉਂਦਾ ਹੈ,
ਮੈਂ ਉਸੇ ਦੀ ਬੁਨਿਆਦ ਦੇ ਉੱਤੇ ਗਿਆਨ ਕਰ ਰਿਹਾ, ਇਲਮ ਜਿਹੜਾ ਹੈ ਜਾਂ ਬਿਆਨ ਕਰ ਰਿਹਾ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਯਾਨੀ ਜਿਹੜਾ ਬਾਬਰ ਹੈ ਉਹ ਗੁਨਾਹਾਂ ਦੀ ਫੌਜ ਨੂੰ ਲੈ ਕੇ ਅਤੇ ਕਾਬਲ ਤੋਂ ਹਮਲਾਵਰ ਹੋਇਆ ਹੈ। ਜੋਰੀ ਮੰਗੇ ਦਾਨ ਵੀ ਲਾ ਲਓ ਅਤੇ ਸਾਡੇ ਕੋਲੋਂ ਜ਼ਬਰਦਸਤੀ ਜਿਹੜਾ ਦਾਨ ਹੈ, ਦਾਨ ਦਾ ਮਤਲਬ ਟੈਕਸ ਵੀ ਹੋ ਸਕਦਾ ਹੈ, ਦਾਨ ਦਾ ਮਤਲਬ ਭੀਖ ਵੀ ਹੋ ਸਕਦੀ ਹੈ। ਬਹੁਤ ਸਾਰਿਆਂ ਨੇ ਇੱਥੇ ਕਿਹਾ ਕਿ ਉਹ ਜ਼ਬਰਦਸਤੀ ਜ਼ਮੀਨ ਮੰਗ ਰਿਹਾ ਹੈ, ਲੇਕਿਨ ਇਹ ਹੈ ਕਿ ਉਹ ਜ਼ਬਰਦਸਤੀ ਜੋ ਵੀ ਮੰਗ ਰਿਹਾ ਉਹ ਜ਼ਬਰਦਸਤੀ ਦੇ ਨਾਲ ਮੰਗ ਰਿਹਾ। ਅਤੇ ਇਹਦੇ ਵਿੱਚ ਹਾਲਤ ਕੀ ਹੈ, ਸ਼ਰਮ ਧਰਮ ਦੋਹੇ ਚੁੱਪ ਖਲੋਤੇ, ਯਾਨੀ ਇਹ ਜਦੋਂ ਹਮਲਾ ਹੋ ਰਿਹਾ ਹੈ ਅਤੇ ਨਾ ਕਿਸੇ ਨੂੰ ਕੋਈ ਸ਼ਰਮ ਰਹੀ ਹੈ ਅਤੇ ਨਾ ਕੋਈ ਮਜ਼ਹਬ ਦਾ ਖਿਆਲ ਕਰ ਰਿਹਾ। ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਅਤੇ ਝੂਠ ਜਿਹੜਾ ਹੈ, ਕੂੜ ਦਾ ਮਤਲਬ ਹੁੰਦਾ ਝੂਠ, ਝੂਠ ਜਿਹੜਾ ਹੈ ਉਹ ਹਰ ਜਗ੍ਹਾ ਦੇ ਉੱਤੇ ਪ੍ਰਧਾਨ ਹੋ ਗਿਆ, ਹਰ ਜਗ੍ਹਾ ਉੱਤੇ ਛਾ ਗਿਆ, ਉਹ ਹਰ ਚੀਜ਼ ਦਾ ਆਗੂ ਹੋ ਗਿਆ। ਕਾਜ਼ੀਆਂ ਬਾਹਮਣਾਂ ਕੀ ਗੱਲ ਥੱਕੀ, ਯਾਨੀ ਕਾਜ਼ੀਆਂ ਅਤੇ ਜਿਹੜੇ ਬਾਹਮਣ, ਕਾਜ਼ੀ ਜਿਹੜੇ ਸਨ ਮੁਸਲਮਾਨਾਂ ਦੇ ਅਤੇ ਬਾਹਮਣ ਜਿਹੜੇ ਸਨ ਹਿੰਦੂਆਂ ਦੇ, ਉਹਨਾਂ ਨੇ ਉਹਨਾਂ ਦੀ ਗੱਲ ਜਿਹੜੀ ਹੈ ਉਹਦੀ ਕੋਈ ਰੈਲੇਵੈਂਸ ਨਹੀਂ ਰਹੀ, ਉਹਨਾਂ ਦੀ ਕੋਈ ਕੋਈ ਗੱਲ ਜਿਹੜੀ ਹੈ ਉਹ ਸੁਣੀ ਨਹੀਂ ਜਾ ਰਹੀ। ਅਤੇ ਹੋ ਕੀ ਰਿਹਾ, ਹੋ ਇਹ ਰਿਹਾ ਕਿ ਅਗਦ ਪੜੇ ਸ਼ੈਤਾਨ ਵੀ ਲਾ ਲਓ, ਅਤੇ ਜਿਹੜੇ ਸ਼ਾਦੀ ਦੇ ਮੰਤਰ ਨੇ, ਜਿਹੜੀ ਮੰਤਰ ਪੜੇ ਜਾ ਰਹੇ ਨੇ ਉਹ ਸ਼ੈਤਾਨ ਪੜ ਰਿਹਾ, ਉਹ ਸੈਟਨ ਕਰ ਰਿਹਾ। ਮਤਲਬ ਇਹਦਾ ਇਹ ਹੈ ਕਿ ਜਿਹੜੇ ਮਜ਼ਹਬੀ ਆਗੂ ਸਨ ਜਾਂ ਮਜ਼ਹਬੀ ਲੀਡਰ ਸਨ ਜਾਂ ਮਜ਼ਹਬ ਨੂੰ ਮਜ਼ਹਬ ਦੇ ਚੌਧਰੀ ਸਨ, ਉਹਨਾਂ ਦੀ ਕੋਈ ਗੱਲ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ, ਔਰ ਅਸਲ 'ਚ ਸ਼ੈਤਾਨ ਦਾ ਕਬਜ਼ਾ ਹੋ ਗਿਆ। ਮੁਸਲਮਾਨੀਆਂ ਪੜ੍ਹੇ ਕਿਤਾਬਾਂ, ਇਹ ਮੁਸਲਮਾਨੀਆਂ ਜਿਹੜੀਆਂ ਨੇ, ਮੁਸਲਮਾਨ ਔਰਤਾਂ ਜਿਹੜੀਆਂ ਨੇ, ਉਹ ਕਿਤਾਬਾਂ ਪੜ੍ਹ ਰਹੀਆਂ ਨੇ, ਮਤਲਬ ਕੁਰਾਨ ਪੜ੍ਹ ਰਹੀਆਂ ਨੇ ਜਾਂ ਹੋਰ ਮਜ਼ਹਬੀ ਕਿਤਾਬਾਂ ਪੜ੍ਹ ਰਹੀਆਂ ਨੇ, ਤਾਂ ਕਿ ਕਸ਼ਟ ਮੈਂ ਕਰੇ ਖੁਦਾਏ ਵੇ ਲਾ ਲਓ, ਤਾਂ ਕਿ ਇਸ ਮੁਸੀਬਤ ਦੇ ਵੇਲੇ ਜਿਹੜਾ ਹੈ ਉਹ ਅੱਲਾਹ ਤਾਲਾ ਉਹਨਾਂ ਦੀ ਮਦਦ ਕਰੇ, ਉਹ ਕਿਤਾਬਾਂ ਪੜ੍ਹ ਰਹੀਆਂ ਨੇ। ਜਾਤ ਸਨਾਤ ਹੋ ਜਾਤ ਸਨਾਤੀ ਹੋਰ ਹਿੰਦੁਆਣੀਆਂ, ਯਾਨੀ ਥੱਲੜੀਆਂ ਅਤੇ ਉਤਲੀਆਂ ਜਾਤਾਂ ਦੀਆਂ ਜਿਹੜੀਆਂ ਹਿੰਦੂ ਔਰਤਾਂ ਨੇ ਉਹ ਵੀ ਉਹ ਕੁਛ ਕਰ ਰਹੀਆਂ ਨੇ, ਉਹਨਾਂ ਦੇ ਵੀ ਲੇਖੇ ਜਿਹੜੇ ਲੱਗਾ ਹੈ ਇਹ ਵੀ ਲੇਖੇ ਲਾਏਵੇ ਲਾ ਲਓ, ਉਹਨਾਂ ਦੀ ਵੀ ਜਿਹੜੀ ਹੈ ਉਹਦੀ ਨਤੀਜਾ ਉਹੀ ਨਿਕਲਿਆ ਜਿਹੜਾ ਮੁਸਲਮਾਨੀਆਂ ਦਾ ਨਿਕਲਿਆ। ਖੂਨ ਕੇ ਸੋਲੇ ਗਾਵੀਏ ਨਾਨਕ, ਯਾਨੀ ਨਾਨਕ ਅਸੀਂ ਖੂਨ ਦੇ ਲਹੂ ਦੇ ਜਿਹੜੇ ਗੀਤ ਨੇ ਉਹ ਗਾ ਰਹੇ ਹੈ, ਯਾਨੀ ਜੰਜ ਦੇ ਉੱਤੇ ਤਾਂ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਨਾ, ਕਿਉਂਕਿ ਗੱਲ ਸ਼ੁਰੂ ਹੋਈ ਹੈ ਆਪਣਾ ਪਾਪ ਕੀ ਜੰਜ ਹੈ ਨਾ, ਪਾਪ ਕੀ ਜੰਜ ਆਈ ਹੈ ਨਾ, ਜੰਜ ਦੀ ਗੱਲ ਹੋ ਰਹੀ ਹੈ ਨਾ, ਅਤੇ ਇਸ ਮੌਕੇ ਉੱਤੇ ਅਸੀਂ ਖੂਨ ਦੇ ਸੋਲੇ ਗਾ ਰਹੇ ਹਾਂ, ਲਹੂ ਦੇ ਗੀਤ ਗਾ ਰਹੇ ਹੈ। ਰੱਤ ਕੇ ਕੰਗੂ ਪਾਏ ਵੇ ਲਾ ਲਓ, ਵਿਆਹ ਦਾ ਕੰਗੂ ਦਾ ਮਤਲਬ ਹੈ ਆਪਣਾ ਸੈਫਰਨ ਜਿਹੜਾ ਹੁੰਦਾ ਹੈ, ਜਿਹੜਾ ਆਪਣਾ ਵਟਣਾ ਮਲਿਆ ਜਾਂਦਾ ਹੈ ਵਿਆਹ ਦੇ ਉੱਤੇ, ਅਤੇ ਉਹ ਜਿਹੜਾ ਹੈ ਉਹ ਖੂਨ ਦਾ ਮਲਿਆ ਜਾ ਰਿਹਾ, ਇਹ ਐਸਾ ਵਿਆਹ ਹੋ ਰਿਹਾ ਜਿਹਦੇ 'ਤੇ ਕਿ ਇਹ ਖੂਨ ਦਾ ਮਲਿਆ ਜਾ ਰਿਹਾ। ਅਤੇ ਇਹਦੇ ਵਿੱਚ ਇਹਦੀ ਹੋਰ ਅੱਗੇ ਅਗਰ ਥੋੜ੍ਹੀ ਬਹੁਤ ਅਗਰ ਤਸ਼ਰੀਹ ਕਰੀਏ ਤਾਂ ਇਹ 'ਚ ਬਾਬਾ ਨਾਨਕ ਜੀ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਜਿਵੇਂ ਜਦੋਂ ਇਬਰਾਹਿਮ ਲੋਧੀ ਅਤੇ ਬਾਬਰ ਦੀ ਜੰਗ ਹੋਈ ਅਤੇ ਮੁਸਲਮਾਨ ਜਿਹੜੇ ਕਾਜ਼ੀ ਸਨ ਅਤੇ ਜਿਹੜੇ ਹਿੰਦੂ ਬ੍ਰਾਹਮਣ ਸਨ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਐਸੇ ਐਸੇ ਕਲਾਮ ਪੜ੍ਹਾਂਗੇ, ਐਸੀ ਐਸੀ ਅਸੀਂ ਦੁਆਵਾਂ ਪੜ੍ਹਾਂਗੇ ਕਿ ਬਾਬਰ ਜਿਹੜਾ ਹੈ ਉਹ ਸ਼ਿਕਸਤ ਖਾ ਜਾਏਗਾ। ਲੇਕਿਨ ਬਾਬਾ ਨਾਨਕ ਜੀ ਕਹਿ ਰਹੇ ਨੇ ਕਿ ਉਹਨਾਂ ਦੀ ਕੋਈ ਗੱਲ ਜਿਹੜੀ ਹੈ ਉਹ ਪੂਰੀ ਨਾ ਹੋਈ ਔਰ ਸ਼ੈਤਾਨ ਜਿਹੜਾ ਹੈ ਉਹ ਛਾ ਗਿਆ। ਮਤਲਬ ਇਹ ਹੈ ਕਿ ਇਹਨਾਂ ਸਾਰਿਆਂ ਦੀਆਂ ਗੱਲਾਂ ਜਿਹੜੀਆਂ ਸਨ ਉਹ ਗੱਲਾਂ ਹੀ ਰਹੀਆਂ, ਗੱਲਾਂ ਦੇ ਵਿੱਚ ਕੋਈ
ਕੋਈ ਕੋਈ ਕੋਈ ਵਜ਼ਨ ਨਹੀਂ ਸੀ ਹੈਗਾ। ਇਸੇ ਤਰ੍ਹਾਂ ਅਸੀਂ ਇਹ ਵੀ ਵੇਖਦੇ ਹਾਂ ਕਿ ਇਹਦੇ ਵਿੱਚ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਔਰਤਾਂ ਸਨ ਭਾਵੇਂ ਉਹ ਮੁਸਲਮਾਨ ਸਨ ਅਤੇ ਭਾਵੇਂ ਹਿੰਦੂਆਣੀਆਂ ਸਨ, ਨਿੱਕੀ ਜਾਤ ਦੀਆਂ ਸਨ ਜਾਂ ਉੱਚੀ ਜਾਤ ਦੀਆਂ ਸਨ, ਉਹਨਾਂ ਸਾਰੀਆਂ ਦੇ ਨਾਲ ਬਾਬਰ ਦੀ ਫੌਜ ਨੇ ਔਰ ਬਾਬਰ ਨੇ ਇੱਕੋ ਜਿਹਾ ਹੀ ਭੈੜਾ ਸਲੂਕ ਕੀਤਾ। ਅਤੇ ਇਹ ਜਿਹੜਾ ਲੋਕਾਂ ਦੇ ਵਿੱਚ ਆਮ ਹੈ ਕਿ ਜਿਵੇਂ ਬਾਬਰ ਨੇ ਆ ਕੇ ਅਤੇ ਹਿੰਦੂਆਂ ਨੂੰ ਜਾਂ ਕਾਫਰਾਂ ਨੂੰ ਮਾਰਿਆ ਸੀ ਅਤੇ ਮੁਸਲਮਾਨਾਂ ਨੂੰ ਕੁਛ ਨਹੀਂ ਸੀ ਕਿਹਾ, ਇਹ ਗਲਤ ਹੈ। ਔਰ ਇੱਥੋਂ ਸਾਨੂੰ ਇਹ ਵੀ ਪਤਾ ਹੈ ਕਿ ਪੂਰੇ ਆਪਣਾ ਮੁਗਲੀਆ ਦੌਰ ਦੇ ਵਿੱਚ ਔਰ ਮੁਗਲੀਆ ਦੌਰ ਤੋਂ ਪਹਿਲੇ ਵੀ ਜਿਹੜੇ ਮੁਸਲਮਾਨ ਸਨ, ਕਨਵਰਟਡ ਮੁਸਲਮਾਨ, ਜਿਹੜੇ ਛੋਟੀਆਂ ਜਾਤਾਂ ਤੋਂ ਮੁਸਲਮਾਨ ਹੋਏ ਸਨ, ਉਹਨਾਂ ਨੂੰ ਕੋਈ ਇੱਜ਼ਤ ਨਹੀਂ ਸੀ ਦਿੱਤੀ ਜਾਂਦੀ, ਉਹਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਸੀ ਦਿੱਤੀਆਂ ਜਾਂਦੀਆਂ। ਅਤੇ ਬਾਬਾ ਇਹ ਗੱਲ ਦੇਖ ਰਿਹਾ ਸੀਗਾ ਕਿ ਜਿਹੜੇ ਹਾਕਮ ਨੇ, ਜਿਹੜੇ ਹਾਕਮ ਬਾਹਰੋਂ ਆਏ ਨੇ ਔਰ ਜਿਨ੍ਹਾਂ ਨੇ ਇੱਥੇ ਹਕੂਮਤ ਆ ਕੇ ਜਮਾਈ ਹੈ, ਉਹ ਉਹਨਾਂ ਦੀ ਨਜ਼ਰ ਵਿੱਚ ਭਾਵੇਂ ਕੋਈ ਮੁਸਲਮਾਨ ਗਰੀਬ ਬੰਦਾ ਹੋਵੇ ਜਾਂ ਕੋਈ ਹਿੰਦੂ ਹੋਵੇ, ਉਹ ਇੱਕੋ ਜਿਹੇ ਨੇ। ਅਤੇ ਉਹ ਇਸ ਦੇ ਬਾਰੇ 'ਚ ਇਸੇ ਵਾਸਤੇ ਉਹ ਦੋਨਾਂ ਮਜ਼ਹਬਾਂ ਦੀ ਜਿਹੜੇ ਆਗੂ ਸਨ ਗੁਰੂ ਨਾਨਕ ਜੀ, ਉਹਨਾਂ ਉੱਤੇ ਕ੍ਰਿਟੀਸਾਈਜ਼ ਕਰਦੇ ਨੇ। ਬਾਬਰ ਬਾਣੀ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਬਾਬਾ ਜੀ ਦਾ, ਬਾਬਾ ਗੁਰੂ ਨਾਨਕ ਜੀ ਦਾ ਜਿਹੜਾ ਜਪ ਜੀ ਹੈ, ਜਿਹੜਾ ਗ੍ਰੰਥ ਸਾਹਿਬ ਦੇ ਸ਼ੁਰੂ 'ਚ ਆਉਂਦਾ ਹੈ, ਉਹਨੂੰ ਉਹਦੀਆਂ ਕੁਛ ਪੌੜੀਆਂ ਜਿਹੜੀਆਂ ਨੇ, ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਆਇਤਾਂ ਕਹਿੰਦੇ ਹਾਂ ਜਾਂ ਸੂਰਤਾਂ ਕਹਿੰਦੇ ਹਾਂ, ਉਹਨਾਂ ਦੇ ਬਾਰੇ 'ਚ ਥੋੜ੍ਹੀ ਜਿਹਾ ਪੜ੍ਹੀਏ ਅਤੇ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਕਿ ਤੁਹਾਨੂੰ ਅੰਦਾਜ਼ਾ ਹੋਵੇ ਕਿ ਉਹ ਕੀ ਲਿਖ ਰਹੇ ਸਨ। ਜਪਜੀ ਜਿਹੜਾ ਹੈ ਇਹ ਬੁਨਿਆਦੀ ਤੌਰ 'ਤੇ ਇੱਕ ਫਿਲੋਸੋਫਿਕਲ ਆਰਗੂਮੈਂਟ ਹੈ ਗੁਰੂ ਨਾਨਕ ਜੀ ਦਾ, ਔਰ ਉਹਦੇ 'ਚ ਮੁਖਤਲਿਫ ਫਿਰਕਿਆਂ, ਮੁਖਤਲਿਫ ਮਜ਼ਹਬਾਂ ਔਰ ਮੁਖਤਲਿਫ ਅਕੀਦਿਆਂ ਦੇ ਬਾਰੇ 'ਚ ਔਰ ਉਹਨਾਂ ਦੇ ਨਾਲ ਡਿਬੇਟ ਕੀਤੀ ਗਈ ਹੈ। ਅਤੇ ਜਪਜੀ ਜਿੱਥੋਂ ਸ਼ੁਰੂ ਹੁੰਦਾ ਹੈ ਉਹ ਤੁਸੀਂ ਦੇਖੋ, ਇੰਝ ਸ਼ੁਰੂ ਹੁੰਦਾ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਣੀ ਸਹਿਬੰਗ ਗੁਰਪ੍ਰਸਾਦ। ਇਹਦਾ ਮਤਲਬ, ਇੱਕ ਓਂਕਾਰ ਦਾ ਮਤਲਬ ਹੈ ਕਿ ਉਹ ਇੱਕ ਹੈ, ਉਹ ਵਾਹਦ ਲਾ ਸ਼ਰੀਕ ਹੈ। ਸਤਨਾਮ ਸੱਚਾਈ ਦਾ ਉਹ ਨਾਂ ਹੈ, ਉਹਦਾ ਨਾਂ ਸੱਚਾ ਹੈ। ਕਰਤਾ ਪੁਰਖ ਦਾ ਮਤਲਬ ਹੁੰਦਾ ਹੈ ਇਨਸਾਨ, ਬੰਦਾ, ਬੰਦੇ ਨੂੰ ਪੈਦਾ ਉਹਨੇ ਕੀਤਾ ਹੈ। ਨਰ ਭਾਉ, ਉਹ ਡਰਦਾ ਨਹੀਂ ਹੈ ਜਾਂ ਉਹਦੇ ਕੋਲੋਂ ਉਹ ਕੋਈ ਡਰਾਉਣ ਵਾਲੀ ਚੀਜ਼ ਨਹੀਂ ਹੈ। ਨਿਰਵੈਰ, ਉਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ। ਅਕਾਲ, ਯਾਨੀ ਉਹ ਟਾਈਮਲੈਸ ਹੈ, ਹਮੇਸ਼ਾ ਹੈ ਸੀ ਅਤੇ ਹਮੇਸ਼ਾ ਰਹੇਗਾ। ਮੂਰਤ ਅਜੂਣੀ, ਉਹਦੀ ਕੋਈ ਸ਼ਕਲ ਨਹੀਂ ਹੈਗੀ, ਉਹਦੀ ਕੋਈ ਸੂਰਤ ਨਹੀਂ ਹੈਗੀ। ਇਹ ਵੀ ਇਹਦਾ ਮਤਲਬ ਹੋ ਸਕਦਾ ਹੈ, ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਲਾਮੀਆ ਵਾਲੇ ਦੁਆ ਲਾਮੀ ਉਲਾਦ ਜਿਵੇਂ ਆਉਂਦਾ ਹੈ, ਇਸ ਤਰ੍ਹਾਂ ਇਹਦਾ ਮਤਲਬ ਇਹ ਵੀ ਹੋ ਸਕਦਾ। ਸਹਿ ਭੰਗ, ਕਿ ਉਹ ਆਪਣੇ ਆਪ ਵਿੱਚ ਰੋਸ਼ਨ ਹੈ, ਇਹਦਾ ਮਤਲਬ ਇਹ ਵੀ ਹੈ ਕਿ ਉਹ ਸੈਲਫ ਐਗਜ਼ਿਸਟੈਂਟ ਹੈ, ਆਪਣੇ ਆਪ ਵਿੱਚ ਹੈ। ਗੁਰਪ੍ਰਸਾਦ, ਇਹਨੂੰ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਉਹ ਗੁਰੂ ਦੀ ਨਿਮਤ ਹੈ, ਗੁਰੂ ਦੀ ਨਿਮਤ ਨਾਲ ਮਿਲਦਾ ਹੈ। ਲੇਕਿਨ ਅਸੀਂ ਉਹਨੂੰ ਇੰਝ ਸਮਝਦੇ ਹਾਂ ਕਿ ਉਹ ਆਪ ਹੀ ਗੁਰੂ ਹੈ ਔਰ ਆਪ ਹੀ ਉਹ ਨਿਮਤ ਹੈ। ਅਤੇ ਇਹਦੇ ਵਿੱਚ ਤੁਸੀਂ ਦੇਖੋ ਕਿ ਇਹ ਗੁਰੂ ਨਾਨਕ ਜੀ ਜਿਹੜੇ ਨੇ ਉਹ ਵਾਹਦਾਨੀਅਤ ਦਾ, ਖੁਦਾ ਦੇ ਇੱਕ ਹੋਣ ਦਾ ਜਿਹੜਾ ਹੈ ਉਹ ਦੱਸ ਰਹੇ ਨੇ ਸਾਨੂੰ, ਔਰ ਉਹਦੀਆਂ ਮੁਖਤਲਿਫ ਸਿਫਤਾਂ ਜਿਹੜੀਆਂ ਨੇ ਉਹ ਬਿਆਨ ਕਰ ਰਹੇ ਨੇ। ਮਤਲਬ ਇਹ 'ਚ ਮਸਲਨ ਤੁਸੀਂ ਦੇਖੋ ਕਿ ਨਿਰਭਉ ਨਿਰਵੈਰ, ਉਹਦਾ ਕਿਸੇ ਨਾਲ ਕੋਈ, ਉਹ ਕਿਸੇ ਨੂੰ ਨਾ ਡਰਾਉਂਦਾ ਨਾ ਡਰਦਾ,
ਨਾ ਉਹਦਾ ਕਿਸੇ ਨਾਲ ਵੈਰ ਹੈ। ਆਮ ਤੌਰ ਦੇ ਉੱਤੇ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਪੰਡਿਤ ਨੇ, ਜਿਹੜੇ ਮੌਲਵੀ ਨੇ, ਜਿਹੜੇ ਹੋਰ ਮਜ਼ਹਬੀ ਜਿਹੜੇ ਮਜ਼ਹਬੀ ਪੇਸ਼ਵਾ ਨੇ, ਉਹ ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿ ਇਹ ਕੰਮ ਕਰੋਗੇ ਤਾਂ ਖੁਦਾ ਜਿਹੜਾ ਹੈ ਉਹ ਨਾਰਾਜ਼ ਹੋ ਜਾਏਗਾ, ਖੁਦਾ ਜਿਹੜਾ ਹੈ ਉਹ ਤੁਹਾਡੇ ਨਾਲ ਵੈਰ ਬਣਾ ਲਏਗਾ, ਇਹੋ ਜਿਹਾ ਕੰਮ ਕਰੋਗੇ ਤਾਂ ਉਹ ਔਰ ਖੁਦਾ ਕੋਲੋਂ ਤੁਸੀਂ ਹਮੇਸ਼ਾ ਡਰਦੇ ਰਹੋ। ਅਤੇ ਇੱਥੇ ਨਾਨਕ ਜੀ ਇਹ ਕਹਿ ਰਹੇ ਨੇ ਕਿ ਉਹ ਜਿਹੜਾ ਹੈ ਉਹ ਨਾ ਉਹਦਾ ਕੋਈ ਵੈਰ ਹੈ, ਉਹ ਕਿਸੇ ਦਾ ਵੈਰ ਹੀ ਨਹੀਂ ਹੁੰਦਾ। ਇਸ ਵਾਸਤੇ ਇਹ ਜਿਹੜਾ ਕਾਰੋਬਾਰ ਹੈ ਕਿ ਜੀ ਉਹ ਅਗਰ ਤੁਸੀਂ ਕੋਈ ਐਸਾ ਕੰਮ ਕਰਤਾ ਜਿਹੜਾ ਜਿਹਦੇ ਨਾਲ ਰੱਬ ਦਾ ਵੈਰ ਪੈ ਗਿਆ ਅਤੇ ਹੁਣ ਉਹਨੂੰ ਠੀਕ ਕਰਨ ਲਈ ਤੁਸੀਂ ਨਜ਼ਰਾਂ ਨਿਆਜ਼ਾਂ ਦਿਓ ਅਤੇ ਆਪਣੇ ਹੋਰ ਇਸ ਤਰ੍ਹਾਂ ਦੇ ਟਸਣ ਕਰੋ, ਉਹ ਇਹਦੀ ਨਫੀ ਕਰ ਰਹੇ ਨੇ। ਅਤੇ ਇਸੇ ਤਰ੍ਹਾਂ ਹੀ ਆਪਣਾ ਅੱਗੇ ਚੱਲ ਕੇ ਜਪ, ਜਪ ਦਾ ਮਤਲਬ ਹੈ ਬਿਰਧ ਜਾਂ ਧਿਆਨ ਲਾਉਣਾ। ਅਤੇ ਇੱਥੋਂ ਸ਼ੁਰੂ ਹੁੰਦਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆਦ ਦਾ ਮਤਲਬ ਹੈ ਅਬਦ, ਬਹੁਤ ਪਹਿਲੇ ਤੋਂ ਜਿੱਥੋਂ ਸ਼ੁਰੂ ਹੋਏ, ਅਬਦ ਤੋਂ ਲੈ ਕੇ ਅਤੇ ਜੁਗਾਦ ਤਿੱਕਰ। ਜੁਗਾਦ ਦਾ ਮਤਲਬ ਹੈ ਯੁੱਗ, ਆਦ ਜ਼ਮਾਨੇ। ਕਹਿੰਦੇ ਨੇ ਜੀ ਸੱਤ ਯੁੱਗ ਹੁੰਦੇ ਨੇ, ਯਾਨੀ ਉਹ ਅਬਦ 'ਚ ਵੀ ਸੱਚ ਸੀ ਅਤੇ ਜਿੰਨੇ ਵੀ ਯੁੱਗ ਹੋਣਗੇ, ਜਿੰਨੇ ਵੀ ਜ਼ਮਾਨੇ ਹੋਣਗੇ, ਉਹਨਾਂ ਵਿੱਚ ਵੀ ਸੱਚ ਹੀ ਹੋਏਗਾ। ਨਾਨਕ ਸੀ ਵੀ ਸੱਚ ਅਤੇ ਹੋਸੀ ਵੀ ਸੱਚ, ਯਾਨੀ ਜੋ ਹੋਇਆ ਉਹ ਵੀ ਉਸ ਸੱਚੇ ਦੀ ਜਿਹੜੀ ਹੈ ਉਹ ਰਿਫਲੈਕਸ਼ਨ ਸੀ, ਅਤੇ ਜਿਹੜਾ ਹੋਣਾ ਹੈ ਉਹ ਵੀ ਉਹੀ ਹੋਣਾ ਹੈ। ਇਹਦਾ ਮਤਲਬ ਇਹ ਹੈ ਕਿ ਨਾਨਕ ਜੀ ਜਿਹੜੇ ਨੇ ਉਹ ਇੱਕ ਐਸੇ ਸੱਚ ਦੀ ਗੱਲ ਕਰ ਰਹੇ ਨੇ ਜਿਹੜਾ ਮਤਲਬ ਮਸਲਾ ਅਸੀਂ ਕਹਿ ਸਕਦੇ ਹਾਂ ਕਿ ਜੀ ਦੁਨੀਆਂ 'ਚ ਤਾਂ ਜ਼ੁਲਮ ਵੀ ਬਹੁਤ ਹੋਇਆ ਅਤੇ ਦੁਨੀਆਂ ਵਿੱਚ ਨਾ ਇਨਸਾਫੀਆਂ ਵੀ ਬਹੁਤ ਹੋਈਆਂ ਨੇ, ਅਤੇ ਕੀ ਮਤਲਬ ਹੋਇਆ ਕਿ ਉਹ ਵੀ ਸੱਚ ਸੀਗਾ, ਉਹ ਵੀ ਸੱਚਾਈ ਸੀ। ਮੇਰਾ ਖਿਆਲ ਹੈ ਇਹ ਇੱਥੇ ਮਤਲਬ ਇਹ ਨਹੀਂ ਹੈ, ਇਹਦਾ ਮਤਲਬ ਹੈ ਕਿ ਇੱਕ ਜਿਹੜਾ ਨੇਚਰ ਦਾ, ਜਿਹੜਾ ਕਾਇਨਾਤ ਦਾ ਇੱਕ ਜਿਹੜਾ ਮੁੱਢਲਾ ਅਸੂਲ ਹੈ, ਜਿਹੜੇ ਮੁੱਢਲਾ ਉਹਦਾ ਤਰੀਕਾ ਹੈ, ਉਹ ਜਿਵੇਂ ਚੱਲਦਾ ਆਇਆ ਉਹਨੇ ਉਂਝ ਹੀ ਚੱਲਣਾ ਹੈ, ਔਰ ਉਹ ਪਹਿਲੇ ਵੀ ਉਂਝ ਹੀ ਚੱਲਿਆ ਤਾਂ ਉਹਨੇ ਹੁਣ ਵੀ ਉਂਝ ਚੱਲਣਾ। ਮਤਲਬ ਇਹ ਹੈ ਕਿ ਮਿਸਾਲ ਦੇ ਤੌਰ 'ਤੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਕੋਈ ਰੱਬ ਨੂੰ ਰਿਸ਼ਵਤ ਦੇ ਕੇ ਨਜ਼ਰ ਨਿਆਜ਼ ਦੀ, ਅਤੇ ਤੁਸੀਂ ਜਿਹੜਾ ਹੈ ਉਹ ਕੰਮ ਜਿਹੜਾ ਹੈ ਉਹਨੂੰ ਪੁੱਠੇ ਕੰਮ ਨੂੰ ਸਿੱਧਾ ਕਰ ਲਓ। ਇਹਦਾ ਮਤਲਬ ਇਹ ਹੈ ਕਿ ਜਿਹੜੀ ਹੋਣੀ ਹੈ, ਜਿਹੜਾ ਅਸੂਲ ਹੈ, ਜਿਹੜਾ ਕਾਨੂੰਨ ਹੈ ਕੁਦਰਤ ਦਾ, ਉਹਨੇ ਵੈਸੇ ਹੀ ਚੱਲਣਾ ਜਿਵੇਂ ਉਹ ਚੱਲਦਾ ਰਿਹਾ। ਮਿਸਾਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਵਾਪਸ ਬਾਬਰ ਬਾਣੀ ਵੱਲ ਜਾਓ ਅਤੇ ਕਾਜ਼ੀਆਂ ਅਤੇ ਪੰਡਿਤਾਂ ਨੇ ਜੋ ਵੀ ਕੀਤਾ, ਜੋ ਵੀ ਉਹਨਾਂ ਨੇ ਮੰਤਰ ਪੜ੍ਹੇ ਜਾਂ ਦੁਆਵਾਂ ਪੜ੍ਹੀਆਂ, ਜਾਂ ਉਹਨਾਂ ਦੇ ਨਾਲ ਬਾਬਰ ਨੂੰ ਸ਼ਿਕਸਤ ਤਾਂ ਨਹੀਂ ਹੋਈ, ਬਾਬਰ ਹਾਰਿਆ ਤਾਂ ਨਹੀਂ, ਬਾਬਰ ਨੇ ਜਿੱਤਣਾ ਸੀ, ਬਾਬਰ ਜਿੱਤ ਗਿਆ। ਅਤੇ ਇਹ ਹੈ ਇਹਦਾ ਮਤਲਬ ਆਦ ਸੱਚ ਜੁਗਾਦ ਸੱਚ। ਅੱਗੇ ਹੈਗੀ ਹੈ ਪਹਿਲੀ ਪੌੜੀ। ਪਹਿਲੀ ਪੌੜੀ ਹੈ ਸੋਚੇ ਸੋਚ ਨਾ ਹੋਵੀਏ ਹੋਵਈ, ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੀਏ, ਜੇ ਲਾ ਰਹਾ ਲਿਵ ਤਾਰ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪਰਿਆ ਭਾਰ ਸਹਿਸ ਸਿਆਣਪ ਲੱਖ ਹੋਵਤ, ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ, ਕਿਵ ਕੂੜੇ ਤੁਰਟੇ ਪਾਲ ਹੁਕਮ ਰਜਾਈ ਚੱਲਣਾ,
ਨਾਨਕ ਲਿਖਿਆ ਨਾਲ। ਹੁਣ ਅਸੀਂ ਇੱਕ ਇੱਕ ਲਾਈਨ ਕਰਕੇ ਇਹਨੂੰ ਕਰਨੇ ਹਾਂ। ਸੋਚੇ ਸੋਚ ਨਾ ਹੋਵੀਏ ਜੇ ਸੋਚੀ ਲਖਬਾਰ, ਮਤਲਬ ਜਿੰਨਾ ਵੀ ਤੁਸੀਂ ਸੋਚ ਲਓ, ਜਿੰਨਾ ਮਰਜ਼ੀ ਤੁਸੀਂ ਸੋਚ ਦੀਆਂ ਅਗਲੇ ਪਿਛਲੀਆਂ ਚੀਜ਼ਾਂ ਨੂੰ ਮਿਲਾ ਕੇ ਦੇਖ ਲਓ, ਤਾਂ ਉਹ ਤੁਸੀਂ ਉਹਨੂੰ ਸੋਚ ਨਹੀਂ ਸਕਦੇ। ਯਾਨੀ ਮਤਲਬ ਜਿਹੜੀ ਹਕੀਕਤ ਹੈ ਉਹਨੂੰ ਤੁਸੀਂ ਪਾ ਨਹੀਂ ਸਕਦੇ। ਇਹਨੂੰ ਇੱਕ ਹੋਰ ਤਰੀਕੇ ਨਾਲ ਵੇਖਿਆ ਜਾ ਸਕਦਾ, ਜਿਵੇਂ ਕਿ ਜਿਹੜਾ ਮਗਰਬੀ ਦੁਨੀਆ ਦੇ ਫਲਸਫੇ ਦਾ ਬਹੁਤ ਵੱਡਾ ਫਿਲਾਸਫਰ ਆ, ਹੇਗਲ ਹੈ, ਉਹ ਕਹਿੰਦਾ ਕਿ ਜੀ ਜਿਹੜਾ ਸੋਚ ਹੈ, ਜਿਹੜਾ ਆਈਡੀਆ ਹੈ ਜਾਂ ਜਿਹੜਾ ਤਸੱਵਰ ਹੈ, ਉਹ ਆਪਣੇ ਆਪ ਵਿੱਚ ਹੀ ਅੱਗੇ ਤਰੱਕੀ ਕਰਦਾ ਰਹਿੰਦਾ। ਇੱਥੇ ਗੁਰੂ ਨਾਨਕ ਜੀ ਇਹ ਕਹਿ ਰਹੇ ਨੇ ਕਿ ਸੋਚ ਜਿਹੜੀ ਹੈ ਉਹਦੀ ਇੱਕ ਹਰ ਜ਼ਮਾਨੇ ਦੀ ਜਿਹੜੀ ਸੋਚ ਹੈ ਉਹਦੀ ਇੱਕ ਹੱਦਾਂ ਮੁਕਰਰ ਹੋ ਜਾਂਦੀਆਂ ਨੇ। ਉਹਦੇ ਅੰਦਰ ਹੀ ਜਿੰਨੀ ਮਰਜ਼ੀ ਸੋਚ ਲਓ, ਅਗਲਾ ਰਸਤਾ ਉੱਚ ਨਜ਼ਰ ਨਹੀਂ ਆਉਂਦਾ। ਸੋਚੇ ਸੋਚ ਨਾ ਹੋਵੀਏ ਜੇ ਸੋਚੇ ਲਖਬਾਰ, ਜਿੰਨੀ ਮਰਜ਼ੀ ਸੋਚ ਲਓ, ਉਸ ਦੇ ਅੰਦਰ ਰਹਿੰਦਿਆਂ ਤੁਸੀਂ, ਉਸ ਸੋਚ ਦੇ ਅੰਦਰ ਰਹਿੰਦਿਆਂ ਨਹੀਂ ਅੱਗੇ ਜਾ ਸਕਦੇ ਤੁਸੀਂ। ਚੁੱਪੇ ਚੁੱਪ ਨਾ ਹੋਵੀਏ ਜੇ ਲਾ ਰਹਾ ਲਵਤਾਰ। ਇੱਥੇ ਹੁਣ ਇੱਕ ਹੋਰ ਜਿਹੜਾ ਸੁਸਾਇਟੀ ਦਾ ਹਿੱਸਾ ਹੈ ਉਹਦੀ ਗੱਲ ਹੋਈ ਹੈ ਕਿ ਉਹ ਜੋਗੀ ਜਾਂ ਸਾਧੂ ਜਿਹੜੇ ਚੁੱਪ ਲਾ ਕੇ ਬੈਠੇ ਨੇ, ਧਿਆਨ ਲਾ ਕੇ ਬੈਠੇ, ਲਾ ਰਹਾ ਲਿਵ ਤਾਰ, ਧਿਆਨ ਦੀ ਤਾਰ ਜੋੜ ਕੇ ਬੈਠੇ ਨੇ, ਉਹ ਸਮਝਦੇ ਨੇ ਕਿ ਉਹਨਾਂ ਦੇ ਅੰਦਰ ਜਿਹੜੀ ਚੁੱਪ ਹੈ ਉਹ ਮੁੱਕ ਗਈ ਹੈ। ਉਹਨਾਂ ਦੇ ਅੰਦਰ ਜਿਹੜਾ ਰੌਲਾ ਸੀ ਪਿਆ ਦੁਨੀਆ ਦਾ, ਉਹ ਮੁੱਕ ਗਿਆ। ਅਤੇ ਨਾਨਕ ਜੀ ਇਹ ਕਹਿ ਰਹੇ ਨੇ ਕਿ ਉਹ ਰੌਲਾ ਇੰਜ ਨਹੀਂ ਮੁੱਕਦਾ, ਇਹ ਵੀ ਅਸਲ 'ਚ ਸਮਾਜ ਦੇ, ਉਹ ਰੌਲਾ ਸਮਾਜ ਦਾ ਅੰਦਰ ਹੀ ਰਹਿੰਦਾ ਹੈ, ਭਾਵੇਂ ਜਿੰਨੀ ਮਰਜ਼ੀ, ਮਤਲਬ ਇਹ ਹੈ ਕਿ ਇਹ ਦੂਸਰੀ ਤਰ੍ਹਾਂ ਦੇ ਲੋਕ ਹੋ ਗਏ ਨਾ, ਪਹਿਲੇ ਤਾਂ ਉਹ ਜਿਹੜੇ ਆਪਣੇ ਆਪ ਨੂੰ ਸੋਚਣ ਵਾਲੇ ਕਹਿੰਦੇ ਨੇ, ਦੂਸਰੇ ਇਹ ਆ ਗਏ ਜਿਹੜੇ ਕਿ ਦੁਨੀਆ ਤੋਂ ਬਾਹਰ ਬਹਿ ਕੇ ਜਾਂ ਧਿਆਨ ਲਾ ਕੇ ਅਤੇ ਸਮਝਦੇ ਨੇ ਕਿ ਉਹ ਆਪਣੇ ਅੰਦਰ ਦੀ ਜਿਹੜੀ ਰੌਲਾ ਹੈ ਉਹਨੂੰ ਖਤਮ ਕਰ ਲੈਣਗੇ, ਅਤੇ ਉਹ ਕਹਿ ਰਹੇ ਨੇ ਕਿ ਉਹ ਰੌਲਾ ਇੱਦਾਂ ਮੁੱਕਦਾ ਨਹੀਂ ਹੈ। ਤੀਜੇ ਉਹ ਲੋਕ ਨੇ, ਭੁੱਖਿਆਂ ਭੁੱਖ ਨਾ ਉਤਰੀ, ਉਹ ਲੋਕ ਜਿਹੜੇ ਜਿਨ੍ਹਾਂ ਨੂੰ ਛਾਵਾਂ ਦੀ ਭੁੱਖ ਹੈ, ਉਹ ਜਿੰਨਾ ਮਰਜ਼ੀ ਪੱਲੇ ਉਹਨਾਂ ਦੇ ਬੰਨਤਾ ਜਾਏ, ਜੇ ਬੰਨਾ ਪਰਿਆ ਭਾਰ, ਭਾਵੇਂ ਜਿੰਨੀਆਂ ਮਰਜ਼ੀ ਠੀਕ ਠਾਕ ਚੀਜ਼ਾਂ, ਦਰੁਸਤ ਚੀਜ਼ਾਂ, ਮੁਕੰਮਲ ਚੀਜ਼ਾਂ ਵੀ ਜੇ ਉਹਨਾਂ ਦੇ ਕੋਲ ਆ ਜਾਣ, ਤਾਂ ਵੀ ਉਹਨਾਂ ਦੀ ਭੁੱਖ ਨਹੀਂ ਉਤਰਦੀ। ਸੋ ਉਹ ਵੀ ਇੱਕ ਤੀਸਰਾ ਅੰਗ ਹੈ ਜਿਉਣ ਦਾ, ਜਿਹੜਾ ਕਿ ਲੋਕਾਂ ਅਪਣਾਇਆ ਹੈ। ਸਿਆਸ ਸਿਆਣਪ ਲੱਖ ਹੋਵਤ, ਯਾਨੀ ਕਿ ਭਾਵੇਂ ਕਿੰਨੀ ਹਜ਼ਾਰ ਗੁਣਾ ਤੁਹਾਡੇ 'ਚ ਅਕਲ ਹੋਵੇ, ਸਿਆਣਪ ਹੋਵੇ, ਸਿਆਣਾ ਦਾ ਮਤਲਬ ਅਕਲ ਹੈ, ਅਕਲ ਹੋਵੇ ਤਾਂ ਇੱਕ ਵੀ ਨਾਲ ਨਹੀਂ ਚੱਲਦੀ। ਮਤਲਬ ਇਹ ਹੈ ਅੱਗੇ ਇੱਕ ਨਾ ਚੱਲੇ ਨਾਲ, ਇਹਦਾ ਮਤਲਬ ਜਿਹੜੇ ਨੇ ਉਹ ਪੰਡਿਤ ਜਾਂ ਮੌਲਵੀ ਤਾਂ ਇਹ ਕਰਨਗੇ ਕਿ ਜੀ ਅਗਲੇ ਜਹਾਨ ਜਾ ਕੇ ਤੁਹਾਡੇ ਨਾਲ ਉਹਨੇ ਸਾਥ ਨਹੀਂ ਦੇਣਾ, ਲੇਕਿਨ ਇੱਥੇ ਇਹਦਾ ਇਹ ਵੀ ਮਤਲਬ ਲਿਆ ਜਾ ਸਕਦਾ ਹੈ ਕਿ ਜਿਹੜੀ ਨਵੀਂ ਰਾਹ ਤੁਸੀਂ ਲੱਭ ਰਹੇ ਹੋ ਉਹਦੇ ਵਿੱਚ ਜਿਹੜੀ ਇਹ ਜ਼ਮਾਨੇ ਨੇ ਜਿਹੜੀ ਮੁਕਰਰ ਕੀਤੀਆਂ ਹੋਈਆਂ ਸਿਆਣਪਾਂ ਅਤੇ ਸੂਝਵਾਨੀਆਂ ਨੇ, ਇਹ ਤੁਹਾਨੂੰ ਇਹ ਵੀ ਨਹੀਂ ਨਵਾਂ ਰਾਹ ਦਿਖਾ ਸਕਦੀਆਂ। ਇਹ ਤਿੰਨ ਚਾਰ ਤਰ੍ਹਾਂ ਦੇ ਆਪ ਨੇ ਮੁਖਤਲਿਫ ਕੈਟੇਗਰੀਜ਼ ਦੇ ਲੋਕਾਂ ਦੀ ਗੱਲ ਕੀਤੀ ਹੈ। ਫਿਰ ਅੱਗੇ ਕਿਹਾ ਹੈ ਕਿ ਕਿਉਂ ਸੱਚਿਆਰਾ ਹੋਈਏ, ਸੱਚੇ ਕਿਵੇਂ ਫਿਰ ਹੋਈਏ, ਜੇ ਮਤਲਬ ਇਹ ਸਾਰੇ ਜਿਹੜੇ ਢੰਗ ਨੇ, ਇਹ ਸਾਰੇ ਢੰਗ ਉਸੇ ਦੇ ਵਿੱਚ ਹੀ ਦੁਨੀਆ ਦੇ ਜਿਹੜੀ ਰੌਲਾ ਹੈ, ਦੁਨੀਆ ਦੀ ਜਿਹੜੀ ਭੁੱਖ ਹੈ, ਦੁਨੀਆ ਦੀ ਜਿਹੜੀ ਸਿਆਣਪ ਦੀ ਜਿਹੜੀ ਲਿਮਿਟੇਸ਼ਨ ਹੈ, ਅਗਰ ਇਹ ਸਾਰਾ ਕੁਛ ਹੈ ਤਾਂ ਫਿਰ ਕਿਵੇਂ ਸੱਚਿਆਰਾ ਹੋਈਏ, ਕਿਵੇਂ ਸੱਚੇ
ਸੱਚ ਨੂੰ ਕਿਵੇਂ ਲੱਭੀਏ। ਕਿਵ ਤੋੜੇ ਕੂੜੇ ਤੁੱਤੇ ਪਾਲ, ਯਾਨੀ ਕੂੜ ਦੀ ਜਿਹੜੀ ਦੀਵਾਰ ਬਣੀ ਆ, ਕੂੜ ਦੀ ਜਿਹੜੀ ਪਾਲ, ਪਾਲ ਦਾ ਮਤਲਬ ਹੁੰਦਾ ਲਾਈਨ, ਕਤਾਰ, ਜਿਹੜੀ ਕੂੜ ਦੀ, ਝੂਠ ਦੀ ਜਿਹੜੀ ਇੱਕ ਦੀਵਾਰ ਖੜੀ ਹੈ ਸਾਡੇ ਸਾਹਮਣੇ, ਉਹ ਕਿਵੇਂ ਟੁੱਟੇ। ਆਖਰ ਤੇ ਕਿਹਾ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਜਿਹੜਾ ਰਜ਼ਾ ਵੱਲੋਂ ਲਿਖਿਆ ਗਿਆ, ਜਿਹੜਾ ਹੁਕਮ ਹੈ, ਜਿਹੜਾ ਰਜ਼ਾ ਦਾ ਮਤਲਬ ਹੈ, ਮਤਲਬ ਇਹਦਾ ਮਤਲਬ ਆਮ ਤੌਰ 'ਤੇ ਖੁਦਾ ਦੀ ਮਰਜ਼ੀ ਲਿਆ ਜਾਂਦਾ ਹੈ, ਅਤੇ ਇਹਦਾ ਮਤਲਬ ਹੈ ਕਿ ਹੁਕਮ ਉਹਦਾ ਉਹ ਹੀ ਚੱਲਣਾ ਹੈ ਜਿਹੜਾ ਕਿ ਲਿਖਿਆ ਗਿਆ। ਲਿਖੇ ਤੋਂ ਮੁਰਾਦ ਹੈ ਜਿਹੜਾ ਕਿ ਇਸ ਫਿਤਰਤ ਦਾ, ਇਸ ਪੂਰੀ ਕਾਇਨਾਤ ਦਾ ਜਿਹੜਾ ਮੁੱਢਲਾ ਅਸੂਲ ਹੈ, ਜਿਹੜਾ ਕਾਨੂੰਨ ਹੈ, ਉਹਨੇ ਚੱਲਣਾ ਹੈ, ਉਹਨੇ ਉਹਦੇ ਮੁਤਾਬਕ ਹੀ ਹਰ ਚੀਜ਼ ਨੇ ਅੱਗੇ ਪਿੱਛੇ ਮੂਵ ਕਰਨਾ ਹੈ। ਬਾਕੀ ਇਹ ਜਿੰਨੀਆਂ ਕੈਟੇਗਰੀਜ਼ ਪਹਿਲੇ ਅਸੀਂ ਜਿਨ੍ਹਾਂ ਨੂੰ ਬਿਆਨ ਕੀਤਾ ਹੈ, ਇਹ ਕੈਟੇਗਰੀਜ਼ ਜਿਹੜੀਆਂ ਨੇ, ਇਹਨਾਂ ਦੇ ਵਿੱਚ ਕੋਈ ਰਸਤਾ ਅੱਗੇ ਨਹੀਂ ਲੱਭਦਾ। ਅਗਲੀ ਪੌੜੀ ਹੈ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਏ। ਹੁਕਮੀ ਹੋਣ ਜੀਆ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲੱਖ ਦੁੱਖ ਸੁੱਖ ਪਾਈ, ਇੱਕ ਨਾ ਹੁਕਮੀ ਬਖਸ਼ ਸੈਂ ਇੱਕ ਹੁਕਮੀ ਸਦਾ ਭੁਆਈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ, ਨਾਨਕ ਹੁਕਮੀ ਜੇ ਬੁਝੇ ਤੇ ਹੋਮੇ ਕਹੇ ਨਾ ਕੋ। ਇਹ ਤੁਸੀਂ ਵੇਖਿਆ ਕਿ ਜਿਹੜੀ ਪਿਛਲੀ ਪੌੜੀ ਸੀ ਉਹ ਮੁੱਕੀ ਸੀਗੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਹੁਕਮ ਦੀ ਤਸ਼ਰੀਹ ਇਸ ਪੌੜੀ ਵਿੱਚ, ਹੁਕਮ ਦੀਆਂ ਮੁਖਤਲਿਫ ਜਿਹੜੀਆਂ ਸੂਰਤਾਂ ਨੇ ਉਹ ਗੁਰੂ ਨਾਨਕ ਜੀ ਸਾਨੂੰ ਦਿਖਾ ਰਹੇ ਨੇ। ਹੁਕਮੀ ਹੋਣ ਆਕਾਰ, ਹੁਕਮ ਦੇ ਨਾਲ ਹੀ ਆਕਾਰ ਦਾ ਮਤਲਬ ਹੁੰਦਾ ਤਖਲੀਕ ਹੋਣਾ, ਪੈਦਾ ਹੋਣਾ। ਹੁਕਮ ਦੇ ਨਾਲ ਤਖਲੀਕ ਹੁੰਦੀ ਹੈ। ਹੁਕਮ ਨਾ ਕਿਹਾ ਜਾਏ, ਹੁਕਮ ਕੋਈ ਲਫ਼ਜ਼ ਨਹੀਂ ਹੈ, ਕੋਈ ਬਿਆਨਬਾਜ਼ੀ ਨਹੀਂ ਹੈ ਕਿ ਉਹਦੇ ਨਾਲ ਤਖਲੀਕ ਹੋ ਜਾਏਗੀ। ਜਿਵੇਂ ਮਤਲਬ ਇਹਨੂੰ ਜਿਵੇਂ ਅਸੀਂ ਕਹਿੰਦੇ ਹਾਂ ਨਾ ਜੀ, ਜਾਦੂ ਟੂਣੇ ਦੇ ਵਿੱਚ ਫਲਾਣੇ ਫਲਾਣੇ ਜਿਹੜੀ ਚੀਜ਼ ਪੜੋ ਅਤੇ ਫਿਰ ਬਾਰਿਸ਼ ਆ ਜਾਂਦੀ ਹੈ, ਅਤੇ ਫਲਾਣਾ ਕਹੋ ਅਤੇ ਅੱਗ ਲੱਗ ਜਾਂਦੀ ਹੈ, ਵਗੈਰਾ ਵਗੈਰਾ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਮਸ਼ਹੂਰ ਹੁੰਦੀਆਂ ਨੇ। ਅਤੇ ਇੱਥੇ ਬਾਬਾ ਨਾਨਕ ਜੀ ਕਹਿ ਰਹੇ ਨੇ ਕਿ ਹੁਕਮ ਨਾ ਕਿਹਾ ਜਾਏ, ਹੁਕਮ ਦੇ ਕੋਈ ਜ਼ਬਾਨ ਨਹੀਂ ਹੈਗੀ ਜਿਹਦੇ ਨਾਲ ਉਹ ਕ੍ਰੀਏਸ਼ਨ ਹੁੰਦੀ ਹੈ। ਹੁਕਮ ਹੀ ਹੋਣ ਜੀਆ, ਹੁਕਮ ਜਿਹੜਾ ਹੈ ਉਹਦੇ ਨਾਲ ਹੀ ਜਿਹੜੀ ਹੈ ਉਹ ਜ਼ਿੰਦਗੀ ਹੁੰਦੀ ਹੈ, ਜਿਉਣ ਮਿਲਦਾ, ਜੀਆ ਜਨਤ ਬਣਦੀ ਹੈ। ਹੁਕਮ ਮਿਲੇ ਵਡਿਆਈ, ਅਤੇ ਹੁਕਮ ਜਿਹੜਾ ਹੈ ਉਹਦੇ ਨਾਲ ਹੀ ਵਡਿਆਈ ਵੀ ਮਿਲਦੀ ਹੈ, ਉਹ ਵਡਿਆਈ ਵੀ ਹੈ। ਹੁਕਮੀ ਉੱਤਮ ਨੀਚ ਹੁਕਮ, ਉੱਤੇ ਵੀ ਹੁਕਮ ਹੈ, ਥੱਲੇ ਵੀ ਹੁਕਮ ਹੈ। ਲੱਖ ਦੁੱਖ ਸੁੱਖ ਪਾਈ, ਜਾਂ ਲਿਖ ਦੁੱਖ ਸੁੱਖ ਪਾਈ, ਮਤਲਬ ਇਹ ਹੈ ਕਿ ਉੱਤੇ ਥੱਲੇ ਸਭ ਹੁਕਮ ਹੀ ਹੈ, ਦੁੱਖ ਸੁੱਖ ਵੀ ਉਹਦੇ ਨਾਲ ਹੈ। ਇਹਦਾ ਮਤਲਬ ਇਹ ਵੀ ਲਿਆ ਜਾ ਸਕਦਾ ਹੈ ਕਿ ਜਿਹੜੀ ਦੁਨੀਆ ਵਿੱਚ ਉੱਚੀ ਅਤੇ ਥੱਲੜੀ ਜ਼ਾਤਾਂ ਦੀ ਤਕਸੀਮ ਕੀਤੀ ਗਈ ਹੈ, ਇਹ ਹੁਕਮ ਦੀ ਨਹੀਂ ਹੈ, ਇਹ ਬੰਦੇ ਦੀ ਆਪਣੀ ਪੈਦਾ ਕੀਤੀ ਹੋਈ ਹੈ। ਕਿਉਂਕਿ ਸਭ ਦੇ ਵਿੱਚ ਹੁਕਮ ਇੱਕ ਹੀ ਹੈ, ਉਹੀ ਅਸੂਲ ਆ ਜਿਹੜਾ ਚੱਲ ਰਿਹਾ। ਇੱਕ ਨਾ ਹੁਕਮੀ ਬਖਸ਼ ਸੈਂ, ਯਾਨੀ ਇੱਕ ਜਿਹੜੇ ਐਸੇ ਨੇ ਜਿਨ੍ਹਾਂ ਨੂੰ ਬਖਸ਼ਿਸ਼ ਮਿਲ ਜਾਂਦੀ ਹੈ, ਉਹ ਨਜਾਤ ਮਿਲ ਜਾਂਦੀ ਹੈ, ਇੱਕ ਐਸੇ ਨੇ ਜਿਹੜੇ ਸਦਾ ਭਾਉਂਦੇ ਰਹਿੰਦੇ ਨੇ। ਇਹਦੇ 'ਚ ਹਿੰਦੂ ਫਲਸਫੇ ਦੀ
ਦੇ ਦੀ ਦੀ ਦੇ ਵੱਲ ਇਸ਼ਾਰਾ ਸ਼ਾਇਦ ਕੀਤਾ ਗਿਆ ਹੈ ਕਿ ਉਹ ਜਿਹੜੀ ਗੁਨਾਹੀ ਜ਼ਿੰਦਗੀ ਹੁੰਦੀ ਹੈ ਉਹ ਵਾਰ ਵਾਰ ਕਈਆਂ ਜੂਨਾਂ ਦੇ ਵਿੱਚ ਆਉਂਦੀ ਹੈ ਅਤੇ ਨਜਾਤ ਉਦੋਂ ਮਿਲਦੀ ਹੈ ਜਦੋਂ ਕਿ ਕੋਈ ਖਾਸ ਮੰਜ਼ਿਲ ਆਉਂਦੀ ਹੈ। ਹੁਕਮੇ ਅੰਦਰ ਸਭ ਕੋ, ਹੁਕਮ ਦੇ ਅੰਦਰ ਹੀ ਸਾਰੇ ਨੇ, ਬਾਹਰ ਹੁਕਮ ਨਾ ਕੋਈ, ਹੁਕਮ ਤੋਂ ਬਾਹਰ ਨਿਕਲਿਆ ਹੀ ਨਹੀਂ ਜਾ ਸਕਦਾ। ਨਾਨਕ ਹੁਕਮੇ ਜੇ ਬੁਝੇ ਤੇ ਹੁਮੇ ਕਹੇ ਨਾ ਕੋਈ। ਨਾਨਕ ਜੇ ਹੁਕਮ ਨੂੰ ਦੀ ਜਿਹੜੀ ਹੱਦ ਹੈ, ਹੁਕਮ ਦੀ ਜਿਹੜੀ 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 ਪੂਰੀ ਉਹਦੀ ਸੂਰਤ ਹੈ ਉਹਨੂੰ ਸਮਝ ਲਿਆ ਜਾਵੇ ਤਾਂ ਕੋਈ ਬੰਦਾ ਗਰੂਰ ਨਹੀਂ ਕਰ ਸਕਦਾ, ਕਿਉਂਕਿ ਸਭ ਕੁਝ ਜਿਹੜਾ ਹੈ ਉਹ ਇੱਕ ਕਾਨੂੰਨ, ਇੱਕ ਅਸੂਲ, ਇੱਕ ਹੁਕਮ ਦੇ ਤਹਿਤ ਹੋ ਰਿਹਾ ਹੈ। ਉਹਦੇ ਵਿੱਚ ਕਿਸੇ ਦਾ ਆਪਣਾ ਕਰਨ ਦਾ ਕੋਈ ਮਾਣ ਨਹੀਂ ਹੈਗਾ, ਕੋਈ ਗਰੂਰ ਨਹੀਂ ਹੈਗਾ ਕਿ ਮੈਂ ਜੀ ਇਹ ਆਪਣਾ ਕਰਤਾ ਅਤੇ ਮੈਂ ਉਹ ਕਰਤਾ ਅਤੇ ਮੈਂ ਦੁਨੀਆ ਨੂੰ ਬਦਲ ਦਿੱਤਾ ਅਤੇ ਮੈਂ ਦੁਨੀਆ ਦੇ ਅੰਦਰ ਇਹ ਚੀਜ਼ਾਂ ਕਰ ਲਈਆਂ ਨੇ। ਇਹ ਸਾਰਾ ਇੱਕ ਹੁਕਮ ਦੇ ਤਹਿਤ ਹੋ ਰਿਹਾ ਹੈ, ਔਰ ਇਹਦੇ ਜੇ ਇਹਨੂੰ ਸਮਝ ਲਿਆ ਜਾਵੇ ਤਾਂ ਫਿਰ ਕੋਈ ਬੰਦਾ ਆਪਣੇ ਆਪ 'ਤੇ ਮਾਣ ਅਤੇ ਆਪਣੇ ਆਪ 'ਤੇ ਗਰੂਰ ਨਾ ਕਰੇ।